ਬੀਐਫਪੀ ਮੀਡੀਆ ਵੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਇੱਕ ਨਵੇਂ ਮੁੱਦੇ ਨਾਲ ਆਏ ਹਾਂ, ਉਹ ਮੁੱਦਾ ਜਿਸ ਕਰਕੇ ਪੰਜਾਬ ਦੀ ਜਵਾਨੀ ਰੁਲ ਰਹੀ ਹੈ, ਨਸ਼ੇ। ਨਸ਼ਿਆਂ ਨੇ ਸਾਰੇ ਪੰਜਾਬ ਨੂੰ ਖਤਮ ਕਰ ਰੱਖਿਆ। ਅੱਜ ਅਸੀਂ ਤੁਹਾਡੇ ਨਾਲ ਜੋ ਰੂਬਰੂ ਕਰਾ ਰਹੇ ਹਾਂ, ਉਹ ਨੇ ਮੰਨੂ ਸੇਖੋਂ ਜੀ, ਪਿੰਡ ਆਲਮਵਾਲਾ, ਜੋ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਾਲਵਾ ਜ਼ੋਨ 1 ਦੇ ਨੇ, ਸ਼੍ਰੋਮਣੀ ਅਕਾਲੀ ਦਲ ਦੇ। ਸਭ ਤੋਂ ਪਹਿਲਾਂ ਤਾਂ ਮੰਨੂ ਸੇਖੋਂ ਜੀ, ਸਾਡੇ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬੀਐਫਪੀ ਮੀਡੀਆ ਦੇਖ ਰਹੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਨੂ ਜੀ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਨਸ਼ਿਆਂ ਨੇ ਕੀ ਹੈ, ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ। ਲਗਾਤਾਰ ਨਸ਼ੇ ਵੱਧਦੇ ਜਾ ਰਹੇ ਆ, ਕੀ ਇਹ ਨਸ਼ੇ ਅੱਜ ਦੇ ਆ ਕਿ ਪਹਿਲਾਂ ਵੀ ਸੀ? ਜਿਹੜੇ ਨਸ਼ੇ ਪੁਰਾਣੇ ਟਾਈਮ ਤੋਂ ਚੱਲ ਰਹੇ ਸੀ ਉਹ ਰਵਾਇਤੀ ਨਸ਼ੇ ਸੀ, ਜਿੱਦਾਂ ਕਿ ਫੀਮ, ਪੋਸਤ। ਜਿਹੜੇ ਅੱਜ ਕੱਲ੍ਹ ਨਸ਼ੇ ਚੱਲ ਰਹੇ ਆ, ਕੈਮੀਕਲ ਨਸ਼ੇ, ਜਿੱਦਾਂ ਕਿ ਮੈਡੀਕਲ ਨਸ਼ੇ, ਚਿੱਟਾ, ਹੀਰੋਇਨ, ਸਮੈਕ, ਗੋਲੀਆਂ, ਸ਼ੀਸ਼ੀਆਂ, ਕੈਪਸੂਲ, ਜਿਹੜੇ ਅੱਜ ਕੱਲ੍ਹ ਦੇ ਨਸ਼ੇ ਆ, ਇਹ ਇੱਕ ਜਾਨਲੇਵਾ ਨਸ਼ੇ ਆ। ਜਿਹੜੇ ਰਵਾਇਤੀ ਨਸ਼ੇ ਸੀ ਉਹ ਇੱਕ, ਜਿਹੜੇ ਲੋਕ ਪੁਰਾਣੇ ਬਜ਼ੁਰਗ ਯੂਜ਼ ਕਰਦੇ ਸੀ, ਉਹਨਾਂ ਨੂੰ ਇੱਕ ਉਹ ਆਪਣੇ ਕੰਮ ਲਈ ਯੂਜ਼ ਕਰਦੇ ਸੀ, ਦਵਾਈ ਦੇ ਤੌਰ 'ਤੇ ਯੂਜ਼ ਕਰਦੇ ਸੀ। ਜਿਹੜੇ ਅੱਜ ਕੱਲ੍ਹ ਦੇ ਨਸ਼ੇ, ਜਿਹੜੀ ਅੱਜ ਕੱਲ੍ਹ ਦੀ ਜਵਾਨੀ ਯੂਜ਼ ਕਰ ਰਹੇ ਆ, ਉਹ ਇੱਕ ਬਹੁਤ ਮਾੜੇ ਨਸ਼ੇ ਆ। ਉਹ ਇੱਕ ਆਪਣੇ ਆਪ ਨੂੰ ਖਤਮ ਕਰਨ ਲਈ ਉਹ ਨਸ਼ੇ ਯੂਜ਼ ਕਰਦੇ। ਸਰ, ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ੍ਹ ਚਿੱਟਾ ਹੋ ਗਿਆ, ਗੋਲੀਆਂ ਹੋ ਗਈਆਂ, ਸਮੈਕ ਹੋ ਗਈ, ਇਹ ਨਸ਼ੇ ਆਏ ਹੋਇਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ? ਤਕਰੀਬਨ ਮੇਰੇ ਹਿਸਾਬ ਦੇ ਨਾਲ ਇਹ ਜਿਹੜੀ ਆ ਸਮੈਕ ਹੈ, ਤਕਰੀਬਨ 15-20 ਸਾਲ ਤੋਂ ਇਹ ਆਈ ਹੋਈ ਆ ਪੰਜਾਬ ਦੇ ਵਿੱਚ। ਪਰ ਲਗਾਤਾਰ ਇਸਦਾ ਗ੍ਰਾਫ ਕੀ ਹੈ, ਵੱਧਦਾ ਜਾ ਰਿਹਾ ਗ੍ਰਾਫ? ਦੇਖੋ, ਅੱਜ ਕੱਲ੍ਹ ਜਿਹੜਾ ਨਸ਼ਾ, ਉਹ ਦਿਨੋਂ ਦਿਨ ਹਰ ਇੱਕ ਨਵੇਂ ਨਸ਼ਾ ਆ ਰਿਹਾ, ਨਵੇਂ ਨਸ਼ਿਆਂ ਨੂੰ ਨਵਾਂ ਨਾਂ ਦਿੱਤਾ ਜਾ ਰਿਹਾ। ਜਿਵੇਂ ਪਹਿਲਾਂ ਕੀ ਸਮੈਕ ਚੱਲਦੀ ਸੀ, ਉਦੋਂ ਬਾਅਦ ਚਿੱਟਾ ਆ ਗਿਆ, ਅੱਜ ਕੱਲ੍ਹ ਹੁਣ ਇੱਕ ਹੋਰ ਨਵਾਂ ਚੱਲਿਆ ਕਿ ਉਹ ਹਾਥੀਆਂ ਦੇ ਟੀਕੇ ਲਾਉਣ ਵਾਲੇ ਆ। ਜਿਹੜੇ ਅੱਜ ਕੱਲ੍ਹ ਕੁਛ ਕਾਂਗਰਸ ਦੇ ਇੱਕ ਮੰਤਰੀ ਦਾ ਬਿਆਨ ਵੀ ਆਇਆ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਹਾਥੀਆਂ ਨੂੰ ਟੀਕਾ ਲਾਉਣ ਵਾਲਾ ਨਸ਼ਾ, ਉਹ ਅੱਜ ਕੱਲ੍ਹ ਚੱਲ ਰਿਹਾ। ਕੀ ਕਾਰਨ ਆ ਵੀ ਇਹ ਨਸ਼ੇ ਆਖਰ ਲਗਾਤਾਰ ਵੱਧ ਰਹੇ ਆ? ਕੀ ਇਹਨਾਂ ਦੇ ਵਿੱਚ ਸਰਕਾਰ ਦਾ ਹੱਥ ਆ? ਦੇਖੋ ਜੀ, ਇਹ ਤਾਂ ਇੱਕ ਜਿੱਦਾਂ ਪਿੱਛੇ ਜੇ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਜਿਹੜੇ ਕਾਂਗਰਸ ਵਾਲੇ ਜਾਂ ਆਪ ਵਾਲੇ ਇਹ ਗੱਲ ਨੂੰ ਕਹਿ ਰਹੇ ਸੀ ਕਿ ਇਹਦੇ ਵਿੱਚ ਜਿਹੜਾ ਇਹ ਨਸ਼ਾ ਵਿਕਾ ਰਿਹਾ, ਅਕਾਲੀ ਦਲ ਵਿਕਾ ਰਿਹਾ। ਦੇਖੋ, ਸਰਕਾਰਾਂ ਕਿਸੇ ਦੇ ਜਾ ਕੇ ਘਰੇ ਨਸ਼ਾ ਨਹੀਂ ਦਿੰਦੀਆਂ, ਕਿਸੇ ਨੂੰ ਜਾ ਕੇ ਪਿਆਉਂਦੀਆਂ ਨਹੀਂ। ਇਹ ਜਿਹੜਾ ਨਸ਼ਾ, ਜਿਹਨੂੰ ਜਿਹੜੀ ਸੰਗਤ ਆ ਉਹਦੇ ਤੋਂ ਲੱਗਦਾ ਨਸ਼ਾ, ਜਿਹੜਾ ਦਾ ਦਿਲ ਕਰਦਾ ਉਹ ਕਰਦਾ। ਆਪਾਂ ਜੇ ਮੇਨ ਮੁੱਦਾ ਹੀ ਇਹਨਾਂ ਨੂੰ ਸਰਕਾਰਾਂ ਤੇ ਰੱਖ ਦਈਏ ਕਿ ਇਹ ਸਰਕਾਰਾਂ ਨਸ਼ੇ ਵਿਕਾਉਂਦੀਆਂ, ਤਾਂ ਉਹ ਗਲਤ। ਤਾਂ ਫਿਰ ਕਿਸੇ ਨਾ ਕਿਸੇ ਹੱਦ ਤੱਕ ਸਰਕਾਰ ਦੀ ਸੂਬੇ 'ਚ ਵਿੱਚ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਵੀ ਨਸ਼ਾ ਰੋਕਿਆ ਜਾਵੇ, ਜੋ ਨਸ਼ ਜਵਾਨੀ ਆ ਉਸਨੂੰ ਗਲਤ ਰਸਤੇ ਤੋਂ ਰੋਕਿਆ ਜਾਵੇ। ਪਰ ਇਹ ਸਰਕਾਰ ਕੀ ਆਪਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾ ਨਹੀਂ ਰਹੀਆਂ? ਦੇਖੋ, ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰਕਾਰ ਦੀ ਇਹ ਕਿ ਨਸ਼ੇ ਨੂੰ ਰੋਕਿਆ ਜਾਵੇ। ਸਰਕਾਰ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਨਸ਼ੇ ਨੂੰ ਰੋਕਣ ਲਈ ਪੁਲਿਸ 'ਤੇ ਕੰਟਰੋਲ ਕਰਨਾ, ਅਤੇ ਉਹ ਸਰਕਾਰਾਂ, ਦੇਖੋ ਅਕਾਲੀ ਦਲ ਵੀ ਕਰ ਰਿਹਾ ਸੀ, ਕਾਂਗਰਸ ਵੀ ਲਗਭਗ ਕਰ ਰਹੀ ਆ, ਪਰ ਉਹ ਨਸ਼ੇ ਨੂੰ ਰੋਕਣ ਲਈ ਇਹ ਬਹੁਤ ਵੱਡਾ ਜਿਹੜਾ ਆਪਣੇ, ਜਿੱਦਾਂ ਕਿ ਆਪਣੇ ਪਿੰਡ ਆ, ਪਿੰਡ ਵਾਲਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਪੁਲਿਸ 'ਤੇ ਜਾਂ ਜਿਹੜਾ ਵੀ ਕੋਈ ਆਫਿਸਰ ਆ ਉਹਨਾਂ ਦਾ, ਉਹਦੇ 'ਤੇ ਕੰਟਰੋਲ ਰੱਖਣ ਕਿ ਸਾਡੇ ਪਿੰਡ ਦੇ ਵਿੱਚ ਆਹ ਨਸ਼ਾ ਵੇਖ ਰਿਹਾ, ਅਸੀਂ ਇਹਨੂੰ ਬੰਦ ਕਰਨਾ ਚਾਹੁੰਦੇ, ਤੁਸੀਂ ਸਾਡਾ ਸਾਥ ਦਿਓ, ਸਾਡਾ ਸਹਿਯੋਗ ਦਿਓ। ਅਤੇ ਉਹ ਜੇ ਪਿੰਡ ਵਾਲੇ ਪੁਲਿਸ ਨੂੰ ਸਹਿਯੋਗ ਦੇਣਗੇ ਤਾਂ ਨਸ਼ਾ ਬੰਦ ਹੋਊਗਾ, ਜ਼ਰੂਰ ਹੋਊਗਾ।
ਜਿਵੇਂ ਆਪਾਂ ਬਾਰਡਰ ਏਰੀਆ ਲਾ ਲੈਂਦੇ ਹਾਂ ਵੀ ਆਪਣੇ ਰਾਜਸਥਾਨ ਦਾ ਹੋ ਗਿਆ, ਅਤੇ ਪਿਛਲੀ ਵਾਰੀ ਸੁਖਬੀਰ ਜੀ ਨੇ ਬਿਆਨ ਦਿੱਤਾ ਸੀ ਕਿ ਜਿਹੜਾ ਨਸ਼ਾ ਕੀ ਹੈ ਪਾਕਿਸਤਾਨ ਤੋਂ ਆ ਰਿਹਾ, ਇਸ ਗੱਲ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ? ਦੇਖੋ ਬਿਲਕੁਲ, ਜਿਹੜਾ ਇਹ ਜਿਹੜਾ ਚਿੱਟਾ ਜਾਂ ਸਮੈਕ ਹੈ ਇਹ ਬਿਲਕੁਲ ਇਹ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਨਸ਼ਾ ਦੇਖੋ ਬੰਨ ਹੋ ਰਿਹਾ, ਹੁਣ ਇਹ ਤਾਂ ਤਾਰ ਤੋਂ ਪਾਰ ਹੀ ਆ ਰਿਹਾ। ਇਹਦੇ ਵਿੱਚ ਮੈਂ ਪੂਰੀ ਗੱਲ ਨਾਲ ਸਹਿਮਤ ਹਾਂ, ਕਿਉਂਕਿ ਇਹ ਜਿਹੜੇ ਨਸ਼ੇ ਆ ਇਹ ਸਾਰੇ ਜਿਹੜੇ ਸਮੈਕ ਹੋ ਗਿਆ ਜਾਂ ਹੀਰੋਇਨ ਹੋ ਗਈ, ਕੋਕੀਨ ਹੋ ਗਈ, ਚਿੱਟਾ ਹੋ ਗਿਆ, ਇਹ ਨਸ਼ੇ ਹੀ ਪਾਕਿਸਤਾਨ ਦੇ ਆ। ਆਪਣੇ ਤਾਂ ਨਸ਼ਾ ਉੱਧਰੋਂ ਆਪਣੇ ਪੰਜਾਬ ਦੀ ਜਵਾਨੀ ਖਤਮ ਕਰ ਲਈ, ਇਹ ਨਸ਼ੇ ਉੱਧਰੋਂ ਆ ਰਹੇ ਆ। ਪਰ ਕੀ ਪਾਕਿਸਤਾਨ, ਜੇ ਆਪਾਂ ਕਹਿ ਸਕਦੇ ਹਾਂ ਪਾਕਿਸਤਾਨ ਬਾਰਡਰ 'ਤੇ ਇੰਨੀ ਫੌਜ ਆ, ਇੰਨੇ ਆਰਮੀ ਵਾਲੇ ਆਪਣੇ ਆਫਿਸਰ ਲੱਗੇ ਹੋਏ ਨੇ, ਫਿਰ ਉਹ ਇਸ ਚੀਜ਼ ਨਾਕਾਮ ਹੋ ਰਹੇ ਆ? ਬਿਲਕੁਲ, ਦੇਖੋ ਇਹ ਕੀ ਹੁੰਦਾ ਕਿ ਜਿੱਦਾਂ ਆਰਮੀ ਵਾਲੇ ਆ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਪੂਰੀ ਨਿਭਾ ਰਹੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਕੁਛ ਨਾ ਕੁਛ ਥੋੜ੍ਹੀ ਬਹੁਤੀ ਰਲੀ ਮਿਲੀ ਭੁਗਤ ਵੀ ਹੁੰਦੀ ਹੈ। ਜਿਹੜਾ ਨਸ਼ਾ ਇੱਧਰ ਆ ਰਿਹਾ ਉਹਨੂੰ ਆਪਾਂ ਇਹ ਨਹੀਂ ਕਹਿ ਸਕੀ ਪ੍ਰੋਪਰ, ਕੁਛ ਬੰਦੇ ਵਿੱਚੋਂ ਜੇ ਇੱਕ ਬਾਰਡਰ ਦੇ ਉੱਤੇ 20,000 ਬੰਦਾ ਉੱਥੇ ਲੱਗਿਆ ਹੋਇਆ ਤਾਂ ਉਹਦੇ ਵਿੱਚੋਂ ਕੋਈ 2-4 ਇਹੋ ਵੀ ਹੋਣਗੇ ਜਿਹੜੇ ਉਹ ਗਰਦਾਰੀ ਕਰ ਰਹੇ ਹੋਣਗੇ ਦੇਸ਼ ਨਾਲ। ਹੁਣ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਕਈ ਵੀਡੀਓਜ਼ ਵੀ ਆ ਰਹੀਆਂ ਕਿ ਪੁਲਿਸ ਵਾਲੇ ਵੀ ਨਸ਼ਾ ਕਰਦੇ ਆ, ਜੋ ਆਪਾਂ ਦੇਖਿਆ ਹੋਣਾ ਸੋਸ਼ਲ ਮੀਡੀਆ 'ਤੇ, ਜਾਂ ਸ਼ਰਾਬ ਪੀ ਕੇ ਡਿਊਟੀ ਕਰਦੇ ਆ, ਜਾਂ ਕਿ ਨਾਕੇ 'ਤੇ ਉਹਨਾਂ ਨੂੰ ਪ੍ਰੋਪਰ ਰੋਕ ਨਹੀਂ ਪਾਉਂਦੀ ਹੈਗੀ, ਜਾਂ ਰੋਕਦੀ ਨਹੀਂ, ਜਾਂ ਰਿਸ਼ਵਤ ਲੈ ਲੈਂਦੇ ਆ। ਇਹ ਰਿਸ਼ਵਤਖੋਰੀ ਨੇ ਵੀ ਨਸ਼ੇ ਨੂੰ ਕੀ ਆ ਜੜ੍ਹਾਂ ਦੇ ਵਿੱਚ ਬੈਠੀ ਹੋਈ ਹੈ। ਦੇਖੋ ਜਿਹੜੀ ਇਹ ਤੁਹਾਡੀ ਗੱਲ ਸਹੀ ਆ ਕਿ ਕੁਛ ਪੁਲਿਸ ਆਫਿਸਰ ਹੈਗੇ ਆ ਜਿਹੜੇ ਕਿ ਨਸ਼ਾ ਕਰਦੇ ਆ ਜਾਂ ਨਸ਼ੇ ਦੇ ਜਿਹੜੇ ਤਸਕਰ ਆ ਉਹਨਾਂ ਨਾਲ ਉਹਨਾਂ ਦੀ ਸੈਟਿੰਗ ਆ, ਪਰ ਬਹੁਤ ਰੇਅਰ, ਜਿੱਦਾਂ ਕਿ 100 ਦੇ ਵਿੱਚੋਂ 1 ਪੁਲਿਸ ਆਫਿਸਰ ਆ ਕਿ ਜਿਹੜਾ ਇਹ ਕੰਮ ਕਰ ਰਿਹਾ, ਪਰ ਉਹ ਬਹੁਤ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ। ਪੁਲਿਸ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਚੰਗੇ ਚੰਗੇ ਆਫਿਸਰ ਹੈਗੇ ਆ ਕਿ ਜੋ ਨਸ਼ੇ 'ਤੇ ਕੰਟਰੋਲ ਕਰ ਰਹੇ ਆ। ਆਪਾਂ ਕਹਿ ਦਿੰਦੇ ਹਾਂ ਕਿ ਨੌਜਵਾਨਾਂ ਨੂੰ ਯੂਜ਼ ਕਰਨ ਵਾਸਤੇ, ਕਈ ਲੀਡਰ ਕੀ ਕਰਦੇ ਆ ਜੋ ਇਲੈਕਸ਼ਨ ਹੁੰਦੇ ਆ ਨੌਜਵਾਨਾਂ ਨੂੰ ਕੀ ਕਰਦੇ ਆ ਵੀ ਨਸ਼ੇ ਦੇ ਕੇ, ਆਪਾਂ ਅਕਸਰ ਹੀ ਸੁਣਨ ਦੇ ਵਿੱਚ ਆਉਂਦਾ ਵੀ ਨਸ਼ੇ ਦੇ ਕੇ ਉਹਨਾਂ ਨੂੰ ਪਾਰਟੀ ਦੇ ਵਿੱਚ ਉਹਨਾਂ ਦੇ ਯੂਜ਼ ਕਰਦੇ ਆ, ਅਤੇ ਇਹ ਕੀ ਕਿਸੇ ਹੱਦ ਤੱਕ ਲੀਡਰ ਵੀ ਨਸ਼ਿਆਂ ਦੇ ਵਿੱਚ ਨੌਜਵਾਨਾਂ ਨੂੰ ਲਾ ਰਹੇ ਆ? ਨਹੀਂ, ਇਹ ਗੱਲ ਬਿਲਕੁਲ ਝੂਠ ਆ। ਦੇਖੋ ਇਹ ਆਪਾਂ ਇੱਕ ਧੱਬਾ ਹੁੰਦਾ, ਜਿਹੜੀ ਓਪੋਜੀਸ਼ਨ ਪਾਰਟੀਆਂ ਹੁੰਦੀਆਂ ਉਹ ਇੱਕ ਦੂਜੀ ਪਾਰਟੀ 'ਤੇ ਧੱਬਾ ਲਾਉਂਦੀਆਂ ਕਿ ਜਿਹੜਾ ਉਹ ਲੀਡਰ ਹੈ ਜਾਂ ਅਕਾਲੀ ਦਲ ਦਾ ਲੀਡਰ ਹੈ ਉਹ ਨਸ਼ੇ ਵੰਡ ਰਿਹਾ ਜਾਂ ਨਸ਼ੇ ਵੇਚ ਰਿਹਾ। ਇਹ ਇੱਕ ਓਪੋਜੀਸ਼ਨ ਦਾ ਕੰਮ ਹੁੰਦਾ ਇੱਕ ਦੂਜੇ 'ਤੇ ਉੱਤੇ ਆਰੋਪ ਲਾਉਣਾ। ਇਹ ਕੋਈ ਲੀਡਰ ਜਿਹੜੇ ਆ ਕੋਈ ਨਸ਼ਾ ਨਹੀਂ ਵੇਚਦੇ ਜਾਂ ਕੋਈ ਨਸ਼ੇ ਨੂੰ ਲਾਉਂਦੇ ਨਹੀਂ। ਇਹ ਬਿਲਕੁਲ ਇੱਕ ਦਿੱਲੀ ਵਾਲਿਆਂ ਨੇ ਜਿੱਦਾਂ ਆ ਕੇ ਮਜੀਠੀਆ ਸਾਹਿਬ 'ਤੇ ਇੱਕ ਬੜੀ ਵੱਡਾ ਕਿਹਾ ਸੀਗਾ, ਆਰੋਪ ਲਾਇਆ ਸੀਗਾ ਕਿ ਮਜੀਠੀਆ ਸਾਹਿਬ ਨਸ਼ਾ ਵੇਚਦੇ ਆ, ਅਤੇ ਬਾਅਦ ਜੇ ਮਜੀਠੀਆ ਸਾਹਿਬ ਨਸ਼ਾ ਵੇਚਦੇ ਸੀ ਉਹਨਾਂ ਖਿਲਾਫ਼ ਕੋਈ ਸਬੂਤ ਹੁੰਦਾ ਦਿੱਲੀ ਵਾਲਿਆਂ ਕੋਲ, ਜੇ ਸਬੂਤ ਹੁੰਦਾ ਜਾਂ ਨਸ਼ਾ ਵੇਚਦੇ ਹੁੰਦੇ ਤਾਂ ਫਿਰ ਕੇਜਰੀਵਾਲ ਮਜੀਠੀਆ ਸਾਹਿਬ ਤੋਂ ਮਾਫ਼ੀ ਕਿਉਂ ਮੰਗਦਾ? ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਜੋ ਇੱਕ ਪਿੱਛੇ ਨਸ਼ਾ ਤਸਕਰ ਸੀਗਾ ਉਸਨੇ ਖੁਦ ਕਹਿ ਸੀਗਾ ਕਿ ਮਜੀਠੀਆ ਨਸ਼ਾ ਵੇਚਦਾ, ਕੀ ਉਹ ਗੱਲ ਉਸਦੀ ਸੱਚੀ ਹੋ ਸਕਦੀ ਹੈ ਕਿ ਕਿਵੇਂ? ਦੇਖੋ ਇਹ ਜਿਹੜੀਆਂ ਪਾਰਟੀਆਂ ਹੁੰਦੀਆਂ ਜਿੱਦਾਂ ਜਿਹੜਾ ਤੁਸੀਂ ਕਹਿ ਰਹੇ ਹੋ ਕੋਈ ਤਸਕਰ ਹੋਣਾ, ਕੋਈ ਜਿਹਨੇ ਮਜੀਠੀਆ ਸਾਹਿਬ ਦਾ ਨਾਂ ਲਿਆ ਜਾਂ ਕੋਈ ਵੀ ਗੱਲ ਸੀਗੀ ਵਿੱਚ, ਉਹ ਇੱਕ ਪਾਰਟੀਆਂ ਦਾ ਧੱਬਾ ਹੁੰਦਾ। ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਇਹ ਪਾਰਟੀਆਂ ਇੱਕ ਦੂਜੇ ਧੱਬਾ ਲਾਉਂਦੀਆਂ ਕਿ ਕਿਸੇ ਦੇ ਮੂੰਹੋਂ ਕਹਾਉਣ ਲਈ ਜਾਂ ਕੋਈ ਪੈਸੇ ਦੇ ਕੇ ਮੂੰਹੋਂ ਗੱਲਾਂ ਕਹਾਉਣ ਲਈ ਜਾਂ ਕੋਈ ਦਬਾਅ ਪਾ ਕੇ ਮੂੰਹੋਂ ਗੱਲਾਂ ਕਹਾਈਆਂ ਜਾਂਦੀਆਂ, ਬਾਕੀ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਕੋਈ ਵੀ ਸਰਕਾਰ, ਕੋਈ ਵੀ ਪਾਰਟੀ ਨਸ਼ਾ ਬੰਦ ਕਰਨ ਲਈ ਕੀ ਕੁਛ ਉਪਾਅ ਕਰਦੀ ਹੈ, ਕੀ ਕੁਛ ਆਪਦੇ ਕੋਸ਼ਿਸ਼ਾਂ ਕਰਦੀ ਹੈ ਵੀ ਨਸ਼ਾ ਖਤਮ ਹੋਵੇ? ਦੇਖੋ ਹਰ ਇੱਕ ਪਾਰਟੀ ਦਾ ਚਾਹੁੰਦੀ ਹੈ ਕਿ ਮੈਂ ਚੰਗਾ ਕੰਮ ਕਰਾਂ, ਸੱਤਾ ਵਿੱਚ ਆ ਕੇ ਮੈਂ ਚੰਗਾ ਕੰਮ ਕਰਾਂ,
ਕੋਈ ਵੀ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਕਿਸੇ ਦਾ ਘਰ ਉਜਾੜਾਂ ਜਾਂ ਪੰਜਾਬ ਲਈ ਜਾਂ ਆਪਣੇ ਇਲਾਕੇ ਲਈ ਮੈਂ ਮਾੜਾ ਕੰਮ ਕਰਾਂ। ਇਹ ਜਿਹੜੇ ਨਸ਼ੇ ਆ ਇਹ ਤਾਂ ਵੱਡੇ ਤਸਕਰਾਂ ਦਾ ਕੰਮ ਹੈ, ਇਹਨਾਂ ਨੂੰ ਬੰਦ ਕਰਨਾ। ਇੱਕ ਜਿੱਦਾਂ ਕਿ ਆਪਣੇ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਤਾਂ ਉਹਨੂੰ ਮੇਰੇ ਹਿਸਾਬ ਦੇ ਵਿੱਚ ਉਹਦੇ ਵਿੱਚ ਪੰਚਾਇਤ ਇਨਵੋਲਵ ਹੋਵੇ, ਪੰਚਾਇਤ ਆਪਣੇ ਜਿਹੜੇ ਯੂਥ ਆ ਮੁੰਡੇ ਆ ਨਵੇਂ ਉਹਨਾਂ ਦਾ ਕਲੱਬ ਬਣਾਵੇ, ਉਹਨਾਂ ਦੀਆਂ ਡਿਊਟੀਆਂ ਲਾਵੇ ਜਾਂ ਪੰਚਾਇਤ ਖੁਦ ਇਹਨਾਂ 'ਤੇ ਰੋਕਥਾਮ ਲਾਵੇ ਤਾਂ ਨਸ਼ਾ ਬੰਦ ਹੋਊਗਾ। ਕੀ ਤੁਸੀਂ ਜੋ ਰਵਾਇਤੀ ਨਸ਼ੇ ਸੀਗੇ ਆਪਣੇ ਅੱਜ ਤੋਂ 10 ਸਾਲ ਪਹਿਲਾਂ ਦੇ ਸਕਦੇ ਹਾਂ, ਵੀ ਜਿਵੇਂ ਭੁੱਕੀ ਲੋਕ ਖਾਂਦੇ ਸੀਗੇ, ਠੀਕ ਹੈ, ਇਹਨਾਂ ਚੀਜ਼ਾਂ ਨੂੰ ਤੁਸੀਂ ਚਾਹੁੰਦੇ ਆ ਵੀ ਕੀ ਸਪੋਰਟ ਕਰਦੇ ਆ ਵੀ ਇਹੋ ਨਸ਼ੇ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਪੰਜਾਬ? ਬਿਲਕੁਲ, ਜਿਹੜੇ ਰਵਾਇਤੀ ਨਸ਼ੇ ਆ ਉਹ ਪੰਜਾਬ ਦੇ ਵਿੱਚ ਖੁੱਲ੍ਹਣੇ ਚਾਹੀਦੇ ਆ, ਉਹਨਾਂ ਦੇ ਠੇਕੇ ਖੁੱਲ੍ਹਣੇ ਚਾਹੀਦੇ ਆ, ਜਿੱਦਾਂ ਕਿ ਫੀਮ ਦਾ ਠੇਕਾ ਉਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਆ, ਭੁੱਕੀ ਜਿਹੜੀ ਹੈਗੀ ਉਹਦਾ ਠੇਕੇ ਖੁੱਲ੍ਹਣੇ ਚਾਹੀਦੇ ਆ, ਜਿਹੜੀ ਅਫੀਮ ਦੇ ਲਾਇਸੈਂਸ ਬਣਨੇ ਚਾਹੀਦੇ ਉਹਨੂੰ ਇੱਕ ਬੰਦੇ ਦੀ ਡੋਜ਼ ਦੇ ਮੁਤਾਬਕ ਉਹਨੂੰ ਉਹਦਾ ਲਾਇਸੈਂਸ ਬਣਨਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਕਿ ਜਿੰਨੀ ਖੁੱਲ੍ਹੀ ਹੈਗੀ ਹੈ ਕਿ ਉਹਨੂੰ ਖਾਓ ਤੁਸੀਂ ਜਿੰਨੀ ਮਰਜ਼ੀ ਖਾਓ, ਉਹ ਵੀ ਗਲਤ ਆ। ਉਹਦਾ ਲਾਇਸੈਂਸ ਬਣਨਾ ਚਾਹੀਦਾ ਉਹਨੂੰ ਮਹੀਨੇ ਦੇ ਹਿਸਾਬ ਨਾਲ, ਵੀ ਸੋਚ ਮੁਤਾਬਕ ਕਿ ਉਹਨੂੰ ਜਾਂ ਡਾਕਟਰ ਦੱਸਣ ਕਿ ਇਹ ਬੰਦਾ ਇੰਨੀ ਫੀਮ ਖਾ ਸਕਦਾ, ਉਹਦਾ ਉਸ ਹਿਸਾਬ ਦੇ ਨਾਲ ਲਾਇਸੈਂਸ ਬਣਨਾ ਚਾਹੀਦਾ। ਜੇ ਆਪਾਂ ਉਹਨੂੰ ਵੀ ਓਪਨਲੀ ਕਰਾਂਗੇ ਤਾਂ ਉਹ ਵੀ ਗਲਤ ਆ। ਉਹਦਾ ਲਾਇਸੈਂਸ ਦੇ ਹਿਸਾਬ ਨਾਲ ਜਿੱਦਾਂ ਕਿ ਦੇਖਦੇ ਹਾਂ ਆਪਾਂ ਪੁਰਾਣੇ ਬੰਦਿਆਂ ਦੇ, ਬਹੁਤ ਪੁਰਾਣੇ ਬੰਦਿਆਂ ਦੇ ਲਾਇਸੈਂਸ ਬਣੇ ਹੋਏ ਆ ਫੀਮ ਦੇ, ਕਿ ਉਹਨਾਂ ਨੂੰ ਲਾਇਸੈਂਸ 'ਤੇ ਫੀਮ ਮਿਲਦੀ ਆ। ਉਹ ਇੱਕ ਤਾਂ ਫੀਮ ਦੀ ਪਿਓਰਿਟੀ ਹੁੰਦੀ ਆ ਜਿਹੜੀ ਲਾਇਸੈਂਸ 'ਤੇ ਮਿਲਦੀ ਹੈ, ਡਾਕਟਰ SMO ਵੱਲੋਂ ਰਿਕਮੈਂਡਡ ਹੁੰਦੀ ਆ, ਟੈਸਟਡ ਕੀਤੀ ਹੁੰਦੀ ਆ, ਉਹਦੇ ਕਰਕੇ ਉਹ ਨਸ਼ਾ ਮੇਰੇ ਹਿਸਾਬ ਦੇ ਨਾਲ ਜਿਹੜੀ ਪੰਜਾਬ ਨੂੰ ਜਵਾਨੀ ਨੂੰ ਬਚਾਉਣ ਲਈ, ਜੇ ਆਪਾਂ ਅੱਜ ਕੱਲ੍ਹ ਰਵਾਇਤੀ ਨਸ਼ੇ ਆਪਣੇ ਖੋਲ੍ਹਣਗੇ ਪੰਜਾਬ ਵਿੱਚ ਤਾਂ ਉਹ ਬਹੁਤ ਫਾਇਦੇਮੰਦ ਰਹੂਗਾ। ਕਿ ਉਹ ਜੋ ਰਵਾਇਤੀ ਨਸ਼ੇ ਖੁੱਲ੍ਹਦੇ ਆ, ਤੁਸੀਂ ਕਿਹਾ ਕਿ ਜੋ ਰੈਕਮੈਂਡਡ ਕਰਦਾ ਡਾਕਟਰ ਉਸ ਹਿਸਾਬ ਨਾਲ ਦੇਣੇ ਚਾਹੀਦੇ ਆ, ਫਿਰ ਉਹ ਮਤਲਬ ਹਰ ਬੰਦੇ ਨੂੰ ਨਹੀਂ ਦੇਣੇ ਚਾਹੀਦੇ ਕਿ ਉਹਨਾਂ ਨੂੰ ਦੇਣੇ ਚਾਹੀਦੇ ਜੋ ਪਹਿਲਾਂ ਨਸ਼ੇ ਕਰ ਰਹੇ ਤਾਂ ਕਿ ਉਹ ਗਾਹ ਨਾ ਕਰਨਾ? ਦੇਖੋ, ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜੇ ਇਹ ਅੱਜ ਕੱਲ੍ਹ ਜਿਹੜੇ ਮੁੰਡੇ ਕੈਮੀਕਲ ਨਸ਼ਿਆਂ 'ਤੇ ਲੱਗੇ ਹੋਏ ਆ, ਜਿੱਦਾਂ ਕਿ ਚਿੱਟੇ 'ਤੇ ਲੱਗੇ ਹੋਏ ਆ ਜਾਂ ਗੋਲੀਆਂ 'ਤੇ ਲੱਗੇ ਹੋਏ ਆ, ਕੈਮੀਕਲ ਨਸ਼ਿਆਂ 'ਤੇ ਲੱਗੇ ਹੋਏ ਆ, ਡਾਕਟਰ ਦੇ ਜਿੰਨਾ ਕਿ ਡੋਪ ਟੈਸਟ ਹੁੰਦਾ ਉਹਦੇ ਮੁਤਾਬਕ ਉਹਨਾਂ ਦਾ ਲਾਇਸੈਂਸ ਬਣਨਾ ਚਾਹੀਦਾ ਕਿ ਇਹਨਾਂ ਨੂੰ ਇੰਨੀ ਡੋਜ਼ ਦੇਣੀ ਚਾਹੀਦੀ ਆ, ਡਾਕਟਰ ਰੈਕਮੈਂਡ ਕਰਕੇ ਦੇਊਗਾ ਤਾਂ ਉੱਦਾਂ ਉਸ ਹਿਸਾਬ ਨਾਲ ਲਾਇਸੈਂਸ ਦੇ ਹਿਸਾਬ ਨਾਲ ਉਹਨੂੰ ਨਸ਼ਾ ਮਿਲਣਾ ਚਾਹੀਦਾ। ਤੁਸੀਂ ਕੀ ਸੋਚਦੇ ਹੋ ਵੀ ਜੋ ਨਸ਼ਾ ਪਹਿਲਾਂ ਸੀਗਾ ਅੱਜ ਤੋਂ 2 ਸਾਲ, ਕਿਉਂਕਿ ਸਰਕਾਰ ਜਦੋਂ ਇਲੈਕਸ਼ਨ ਹੋਏ ਸੀਗੇ ਸਾਰੀਆਂ ਪਾਰਟੀਆਂ ਨੇ ਦਾਅਵੇ ਕੀਤੇ ਸੀਗੇ, ਆਪ ਨੇ ਵੀ ਕੀਤੇ ਸੀ ਕਿ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦਾਂਗੇ ਜੇ ਸਾਡੀ ਸਰਕਾਰ ਬਣਦੀ ਹੈ, ਤਾਂ ਉਹ ਜੋ ਕੈਪਟਨ ਸਰਕਾਰ ਹੈ ਇਹਨਾਂ ਨੇ ਵੀ ਵਾਅਦੇ ਕੀਤੇ ਸੀ ਕਿ ਅਸੀਂ 1 ਮਹੀਨੇ ਦੇ ਵਿੱਚ ਜਮ੍ਹਾਂ ਨਸ਼ੇ ਦਾ ਲੱਕ ਤੋੜ ਕੇ ਰੱਖ ਦਾਂਗੇ, ਪਰ ਕਿਸੇ ਨਾ ਕਿਸੇ ਹੱਦ ਤੱਕ ਕੀ ਹੈ ਵੀ ਇਹ ਨਸ਼ਾ ਆਪਾਂ ਨੂੰ ਲੱਗ ਨਹੀਂ ਰਿਹਾ ਵੀ ਖਤਮ ਹੋ ਰਿਹਾ ਜਾਂ। ਬਿਲਕੁਲ ਠੀਕ ਗੱਲ ਹੈ ਤੁਹਾਡੀ, ਜਿੱਦਾਂ ਕਿ ਇਹ ਵਾਅਦੇ ਪਾਰਟੀਆਂ ਨੇ ਕੀਤੇ, ਬਿਲਕੁਲ ਕੀਤੇ, ਆਪ ਵਾਲਿਆਂ ਨੇ ਬੜੇ ਵੱਡੇ ਵਾਅਦੇ ਕੀਤੇ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਜੜੋ ਖਤਮ ਕਰ ਦਿਆਂਗੇ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਨੂੰ ਚੱਕ ਕੇ ਸੌਹਾਂ ਖਾਧੀਆਂ ਕਿ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਬਿਲਕੁਲ ਜੜੋ ਖਤਮ ਕਰ ਦੂੰਗਾ। ਉਹ ਜੜੋ ਖਤਮ ਕਰਨਾ ਤਾਂ ਬਹੁਤ ਵੱਡੀ ਗੱਲ ਸੀ, ਉਹ ਪੰਜਾਬ ਦੇ ਵਿੱਚ ਉਲਟਿਆ ਨਸ਼ਾ ਵੱਧ ਗਿਆ। ਨਸ਼ੇ ਨਾਲ ਜਿਹੜੀਆਂ ਓਵਰ ਡੋਜ਼ ਨਾਲ ਮੌਤਾਂ ਹੋਈਆਂ ਬਹੁਤ ਜ਼ਿਆਦਾ, 2 ਸਾਲਾਂ ਦੇ ਵਿੱਚ ਤਕਰੀਬਨ ਬਹੁਤ ਜ਼ਿਆਦਾ ਮੌਤਾਂ ਹੋ ਗਈਆਂ। ਰੋਜ਼ ਦੀ ਗੱਲ ਸੁਣ 'ਚ ਆਉਂਦੀ, ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਫੋਟੋ ਆਉਂਦੀ ਆ ਕਿ ਇਹ ਓਵਰ ਡੋਜ਼ ਨਾਲ 2, 4, 6, 8 ਮੁੰਡੇ ਰੋਜ਼ ਦੇ ਜਿਹੜੀਆਂ ਮੌਤਾਂ ਹੋ ਰਹੀਆਂ, ਉਹ ਓਵਰ ਡੋਜ਼ ਨਾਲ ਹੋ ਰਹੀਆਂ, ਉਹ ਨਸ਼ਾ ਵਧਿਆ ਤਾਂ ਹੀ ਹੋ ਰਹੀਆਂ। ਜੋ ਆਪਾਂ ਕਹਿ ਰਹੇ ਹਾਂ ਕਿ ਨਸ਼ਾ ਕਿਸੇ ਨੂੰ ਵੀ ਸਖਤਾਈ ਹੋ ਗਈ ਨਸ਼ੇ ਦੀ, ਕੁਛ ਨਾ ਕੁਛ ਗੱਲ ਸੁਣਨ ਦੇ ਵਿੱਚ ਆਈ ਆ ਵੀ ਜੋ ਮਿਲਾਵਟ ਆ ਰਹੀ ਹੈ ਨਸ਼ੇ ਦੇ ਵਿੱਚ, ਇਸੇ ਕਰਕੇ ਮੌਤਾਂ ਹੋ ਰਹੀਆਂ, ਵੀ ਕੈਪਟਨ ਸਰਕਾਰ ਕਹਿੰਦੀ ਵੀ ਅਸੀਂ ਨਸ਼ਾ ਰੋਕ ਕੇ ਇਸੇ ਕਰਕੇ ਮਿਲਾਵਟ ਹੋਣ ਲੱਗ ਗਈ, ਨਸ਼ੇ ਦਾ ਰੇਟ ਵੱਧ ਗਿਆ ਅਤੇ ਇਸੇ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ, ਕੀ ਇਸ ਗੱਲ ਨਾਲ ਤੁਸੀਂ ਸਹਿਮਤ ਹੋ? ਨਹੀਂ, ਇਹ ਇਹਦੇ ਵਿੱਚ ਕੀ ਹੈ ਕਿ ਜਿੱਦਾਂ ਉਹ ਕਹਿ ਰਹੇ ਆ ਕਿ ਅਸੀਂ ਨਸ਼ਾ ਰੋਕਿਆ,
ਕਿ ਨਸ਼ਾ ਘੱਟ ਗਿਆ ਉਹਦੇ ਕਰਕੇ ਓਵਰ ਮਤਲਬ ਕਿ ਜਿਹੜੀ ਨਸ਼ੇ ਦੇ ਵਿੱਚ ਮਿਲਾਵਟ ਆ ਗਈ। ਉਹ ਮਿਲਾਵਟ ਨਹੀਂ, ਇੱਕ ਇਹਨਾਂ ਨੇ ਨਵਾਂ ਨਸ਼ਾ ਮੇਰੇ ਹਿਸਾਬ ਦੇ ਵਿੱਚ ਸਟਾਰਟ ਕੀਤਾ। ਕੋਈ ਇਹਨਾਂ ਦੇ ਇੱਕ ਮੰਤਰੀ ਸੀਗੇ, ਉਹਨਾਂ ਨੇ ਬਿਆਨ ਦਿੱਤਾ ਕਿ ਨਵਾਂ ਨਸ਼ਾ ਆਇਆ ਜਿਹੜਾ ਹਾਥੀਆਂ ਨੂੰ ਡੋਜ਼ ਦਿੱਤੀ ਜਾਂਦੀ ਹਾਥੀ ਨੂੰ ਬੇਹੋਸ਼ ਕਰਨ ਵਾਸਤੇ, ਉਹ ਨਵਾਂ ਨਸ਼ਾ ਇਹਨਾਂ ਨੇ ਕੋਈ ਪੰਜਾਬ ਦੇ ਵਿੱਚ ਛੱਡਿਆ, ਉਹਦੇ ਕਰਕੇ ਜਿਹੜੀਆਂ ਮੌਤਾਂ ਇਹ ਉਲਟਿਆ ਵੱਧ ਗਈਆਂ ਘਟਣ ਦੀ ਬਜਾਏ। ਤੁਸੀਂ ਬਾਦਲ ਸਰਕਾਰ ਤੇ ਕੈਪਟਨ ਸਰਕਾਰ ਦੇ ਵਿੱਚ ਕੀ ਡਿਫਰੈਂਸ ਮੰਨਦੇ ਹੋ, ਵੀ ਕੀ ਫਰਕ ਹੈਗਾ? ਦੇਖੋ ਕੈਪਟਨ ਸਾਹਿਬ ਖੁਦ ਇਹ ਗੱਲਾਂ ਕਹਿੰਦੇ ਆ ਸਾਡੇ ਮੂੰਹ ਇਹ ਗੱਲਾਂ, ਜੇ ਅਸੀਂ ਇੱਕ ਅਕਾਲੀ ਦਲ ਪਾਰਟੀ ਦੇ ਵਰਕਰ ਹਾਂ, ਸੇਵਾਦਾਰ ਹਾਂ। ਕੈਪਟਨ ਸਾਹਿਬ ਇਹ ਖੁਦ ਗੱਲਾਂ ਕਹਿੰਦੇ ਆ ਕਿ ਜਿਹੜਾ ਬਾਦਲ ਸਾਹਿਬ ਕੰਮ ਕਰਕੇ ਪੰਜਾਬ ਦੇ ਵਿੱਚ ਉਹ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ। ਜਿੱਦਾਂ ਕਿ ਅੰਮ੍ਰਿਤਸਰ ਦੇਖ ਲਓ ਤੁਸੀਂ, ਪੰਜਾਬ ਦੀਆਂ ਸੜਕਾਂ ਦੇਖ ਲਓ, ਪੰਜਾਬ ਦੇ ਵਿੱਚ ਹਵਾਈ ਅੱਡੇ ਦੇਖ ਲਓ, ਹੋਰ ਬੜੇ ਵੱਡੇ ਕੰਮ ਹੈ ਪਿੰਡਾਂ ਦੇ ਵਿੱਚ। ਮੇਰੇ ਹਿਸਾਬ ਦੇ ਵਿੱਚ ਕੋਈ ਵੀ ਗਲੀ ਜਾਂ ਨਾਲੀ, ਵੀ ਇੱਕ ਇੱਕ ਘਰ ਨੂੰ ਗਲੀ ਨਾਲੀ ਬਣਾਤੀ, ਬਹੁਤ ਵੱਡੇ ਕੰਮ ਕੀਤੇ ਆ ਜਿਹੜੇ ਕੈਪਟਨ ਸਰਕਾਰ ਦੀ ਸੋਚ ਤੋਂ ਪਰਾਂ ਦੀ ਗੱਲ ਆ। ਆਪਾਂ ਇਸ ਗੱਲ ਨੂੰ ਜ਼ਰੂਰ ਆਪਾਂ ਮੰਨ ਸਕਦੇ ਹਾਂ ਵੀ ਬਾਦਲ ਸਾਹਿਬ ਨੇ ਕੰਮ ਕੀਤੇ, ਪਰ ਫਿਰ ਵੀ ਉਹਨਾਂ ਦੀ ਪਾਰਟੀ 'ਤੇ ਕੀ ਹੈ, ਕੁਛ ਨਾ ਕੁਛ ਉਹ ਲੱਗ ਰਹੇ ਸੀਗੇ ਕਿ ਇੰਨੇ ਧਾਰਮਿਕ ਪੱਖੋਂ, ਜਿਵੇਂ ਕਿ ਹੁਣ ਬਰਗਾੜੀ ਦਾ ਕਾਂਡ ਹੋਇਆ ਵੀ ਇਹਨਾਂ ਨੇ ਗੋਲੀ ਚਲਾਤੀ ਸੀਗੀ, ਠੀਕ ਹੈ, ਇਹੋ ਜਿਹੇ ਕਈ ਇਹਨਾਂ ਦੇ ਆਰੋਪ ਲੱਗਦੇ ਰਹਿੰਦੇ ਆ। ਦੇਖੋ ਜਿਹੜੇ ਆਰੋਪ ਲਾਉਣਾ ਉਹ ਓਪੋਜੀਸ਼ਨ ਪਾਰਟੀਆਂ ਦਾ ਹੱਕ ਹੁੰਦਾ, ਇਹ ਇੱਕ ਦੂਜੇ ਤੇ ਲਾਉਂਦੀਆਂ। ਜਿਵੇਂ ਆਪਾਂ ਹੁਣ ਦੇਖ ਸਕਦੇ ਹਾਂ ਕਿ ਜੋ ਰਿਪੋਰਟ ਆਈ ਆ ਉਸ ਵਿੱਚ ਕਿਤੇ ਨਾ ਕਿਤੇ ਬਾਦਲ ਜੀ ਦਾ ਹੱਥ ਆ ਰਿਹਾ, ਵੀ ਬਾਦਲ ਇਸ ਦੇ ਵਿੱਚ ਇਨਵੋਲਵ ਸੀਗਾ, ਜੋ ਪੁਲਿਸ ਗੋਲੀ ਚੱਲੀ ਹੈਗੀ ਆ, ਵੀ ਗੋਲੀ ਕਿਸੇ ਅਣਪਛਾਤੇ ਪੁਲਿਸ ਵੱਲੋਂ ਵੀ ਕਿਤੇ ਚੱਲੀ ਹੈਗੀ ਆ, ਵੀ ਇਸ ਦੇ ਨਾਲ ਜੋ ਸਿਸਟਾ ਕੀ ਹੈ, ਆਪਾਂ ਕਹਿ ਸਕਦੇ ਹਾਂ ਕਿ ਬਾਦਲ ਨਾਲ ਕੜੀਆਂ ਜੁੜ ਰਹੀਆਂ, ਕੀ ਇਹ ਸਹੀ ਹੈ? ਦੇਖੋ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੁੰਦੀ ਆ ਉਹ ਕਦੇ ਵੀ ਇਹ ਨਹੀਂ ਸੋਚਦੀ ਕਿ ਸਾਡੇ ਰਾਜ ਦੇ ਵਿੱਚ ਕੋਈ ਗਲਤ ਕੰਮ ਹੋਵੇ ਜਾਂ ਕੋਈ ਮਾੜਾ ਕੰਮ ਹੋਵੇ। ਇਹ ਜਿਹੜੀ ਅੱਜ ਓਪੋਜੀਸ਼ਨ ਸਰਕਾਰ ਹੈ, ਕਾਂਗਰਸ ਸਰਕਾਰ ਹੈ, ਉਹ ਜਿਹੜੇ ਜਸਟਿਸ ਰਣਜੀਤ ਸਿੰਘ ਹੈ ਉਹਨਾਂ ਦੇ ਰਿਪੋਰਟ ਤਿਆਰ ਕੀਤੀ ਹੈ ਕਾਂਗਰਸ ਸਰਕਾਰ ਦੇ ਕਹਿਣ 'ਤੇ ਕਿ ਇਹ ਬਾਦਲ ਸਾਹਿਬ ਦਾ ਹੱਥ ਹੈ। ਇਹ ਹੱਥ ਦੇ ਵਿੱਚ ਇਹਦੇ ਵਿੱਚ ਕੋਈ ਐਡਾ ਵੱਡਾ ਕੋਈ ਸਬੂਤ ਨਹੀਂ ਆਇਆ, ਕੋਈ ਇਹਦੇ ਵਿੱਚ ਕੋਈ ਇਹ ਗੱਲਾਂ ਕਰਨ ਯੋਗ ਹੈ ਹੀ ਨਹੀਂ ਜਿਹਦੇ ਵਿੱਚ ਕੋਈ ਕਲੀਅਰ ਨਹੀਂ ਹਾਲੇ ਤੱਕ ਹੋਈ, ਕੋਈ ਇਹਨਾਂ ਕੋਲ ਸਬੂਤ ਨਹੀਂ ਆ ਕਿ ਇਹ ਤਾਂ ਇੱਕ ਓਪੋਜੀਸ਼ਨ ਦਾ ਹੱਥ ਹੁੰਦਾ, ਇੱਕ ਓਪੋਜੀਸ਼ਨ ਦਾ ਕਹਿਣਾ ਹੁੰਦਾ ਕਿ ਇਹ ਫਲਾਨੇ ਟਾਈਮ ਉਹਨਾਂ ਨੇ ਦੂਜੀ ਸਰਕਾਰ ਨੇ ਕੀਤਾ ਸੀ, ਇਹ ਗੱਲਾਂ ਕੋਈ ਇਹਨਾਂ 'ਚ ਦਮ ਵਾਲੀਆਂ ਗੱਲਾਂ ਹੈ ਨਹੀਂ। ਇੱਕ ਤੁਹਾਡੇ ਤੋਂ ਮੈਨੂੰ ਇੱਕ ਹੁਣੇ ਹੁਣੇ ਇੱਕ ਪੁਆਇੰਟ ਯਾਦ ਆਇਆ ਸੀਗਾ ਕਿ ਬਾਦਲ ਸਾਹਿਬ ਨੇ ਸੇਵਾ ਕੇਂਦਰ ਖੋਲ੍ਹੇ ਸੀਗੇ, ਪਰ ਸੇਵਾ ਕੇਂਦਰ ਖੋਲ੍ਹਣ ਕਰਕੇ ਕੀ ਹੋਇਆ ਕਿ ਹੁਣ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ, ਜੋ ਅੱਜ ਦਾ ਭਖਦਾ ਮਸਲਾ ਆਪਾਂ ਕਹਿ ਸਕਦੇ ਹਾਂ ਵੀ ਲੋਕ ਲਾਈਨਾਂ 'ਚ ਲੱਗ ਕੇ ਖੜ੍ਹ ਜਾਂਦੇ ਆ, ਪੰਜ ਵਜੇ ਜਾ ਕੇ ਖੜ੍ਹ ਜਾਂਦੇ ਆ, ਵੀ ਉਸ ਕੈਪਟਨ ਨੇ ਤਾਂ ਬੰਦ ਕਰਾ ਦਿੱਤੇ, ਇਸ ਦੇ ਬਾਰੇ ਤੁਸੀਂ ਕੀ ਬੋਲਣਾ ਚਾਹੁੰਦੇ ਹੋ? ਦੇਖੋ ਜਿਹੜੇ ਸੇਵਾ ਕੇਂਦਰ ਖੋਲ੍ਹੇ ਸੀ ਉਹ ਲੋਕਾਂ ਦੇ ਭਲੇ ਲਈ ਖੋਲ੍ਹੇ ਸੀ, ਉਹਨਾਂ ਦਾ ਕੀ ਸੀ ਕਿ ਜਿੱਦਾਂ ਇੱਕ ਪਿੰਡਾਂ ਨੂੰ ਕੁਛ ਪਿੰਡਾਂ ਨੂੰ ਜ਼ਿਲ੍ਹਾ ਇੱਕ ਜ਼ਿਲ੍ਹਾ ਲੱਗਦਾ, ਉੱਥੇ ਜਾ ਕੇ ਕੀ ਸੀਗਾ ਕਿ ਜਿੱਦਾਂ ਅੱਜ ਲੋਕ ਲਾਈਨ 'ਚ ਜਾ ਕੇ ਖੜ੍ਹਦੇ ਆ ਕਿ ਸੁਬਹਾ 9 ਵਜੇ ਜਾ ਕੇ ਖੜ੍ਹਦੇ ਆ ਅਤੇ ਸ਼ਾਮ ਦੇ ਮੇਰੇ ਹਿਸਾਬ 'ਚ 4 ਵਜ ਜਾਂਦੇ, ਫਿਰ ਵੀ ਵਾਰੀ ਨਹੀਂ ਆਉਂਦੀ ਉਹਨਾਂ ਦੀ, ਉਹ ਇੱਕ ਲੋਕਾਂ ਨੂੰ ਭਲਾਈ ਲਈ, ਲੋਕ ਭਲਾਈ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੀ ਬਾਦਲ ਸਾਹਿਬ ਨੇ, ਜੋ ਕਿ ਇਹਨਾਂ ਦੇ ਹਾਜ਼ਮ ਨਹੀਂ ਆਈ ਗੱਲ ਅਤੇ ਇਹਨਾਂ ਨੇ ਬੰਦ ਕੀਤੀ ਆਪਣੀ ਸਰਕਾਰ ਦੇ ਵਿੱਚ, ਉਹ ਇੱਕ ਬਹੁਤ ਮਾੜੀ ਗੱਲ ਇਹਨਾਂ ਵਾਸਤੇ। ਹੁਣ ਆਪਾਂ ਦੇਖ ਰਹੇ ਹਾਂ ਵੀ ਪਿੱਛੇ ਜੋ ਸਰਕਾਰ ਦੀ ਪਿੱਛੇ ਨੀਤੀਆਂ ਚੱਲਦੀਆਂ ਆ ਰਹੀਆਂ ਵੀ ਆਹ ਬੰਦ ਕਰ ਦਿਉ, ਉਹ ਬੰਦ ਕਰ ਦਿਉ, ਵੀ ਖਜ਼ਾਨਾ ਸਾਡਾ ਖਾਲੀ ਸੀਗਾ, ਅਸੀਂ ਖਜ਼ਾਨਾ ਭਰਨੇ ਹਾਂ, ਜੇ ਖਜ਼ਾਨਾ ਭਰਾਂਗੇ ਤਾਂ ਫਿਰ ਹੀ ਮਤਲਬ ਅਸੀਂ ਪੰਜਾਬ ਦਾ ਵਿਕਾਸ ਕਰ ਸਕਦੇ ਹਾਂ, ਅਤੇ ਫਿਰ ਇਹ ਕੀ ਕੁਝ ਹੋ ਰਿਹਾ ਇਸ ਦੇ ਬਾਰੇ ਤੁਸੀਂ ਦੱਸੋ। ਦੇਖੋ ਜਿਹੜਾ ਖਜ਼ਾਨਾ ਖਾਲੀ ਦੀ ਗੱਲ ਕਰ ਰਹੇ ਆ,
ਜਦੋਂ ਅਕਾਲੀ ਦਲ ਸਰਕਾਰ ਤਾਂ ਬਹੁਤ ਮਤਲਬ ਕਿ ਪੰਜਾਬ ਦੇ ਉੱਤੇ ਖਰਚ ਕਰ ਰਹੀ ਸੀਗੀ, ਤਕਰੀਬਨ ਕੋਈ ਵੀ ਕੰਮ ਇਹੋ ਜਿਹਾ ਆ ਜਿੱਥੇ ਕਿ ਕੋਈ ਨਾ ਹੋਇਆ ਹੋਵੇ, ਜਾਂ ਬਾਦਲ ਸਾਹਿਬ ਨੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੋਵੇ ਕਿ ਖਜ਼ਾਨਾ ਸਾਡਾ ਖਾਲੀ ਆ, ਇਹ ਤਾਂ ਇਹਨਾਂ ਦੇ ਕਹਿਣ ਦੀ ਗੱਲ ਆ। ਹੋ ਸਕਦਾ ਖਜ਼ਾਨਾ ਮੰਤਰੀ ਦਾ ਖਜ਼ਾਨਾ ਖਾਲੀ ਹੋਵੇ, ਜਿਵੇਂ ਹੁਣ ਦੇਖਿਆ ਕਿ ਇਲੈਕਸ਼ਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਕੀ ਹੈ ਬੜੇ ਆਪਣੇ ਵਿਚਾਰ ਇਸ ਤਰ੍ਹਾਂ ਰੱਖੇ ਸੀ ਵੀ ਅਸੀਂ ਇਸ ਤਰ੍ਹਾਂ ਕਰਾਂਗੇ, ਸਾਡੀ ਜਿਹੜੀ ਰਾਜਨੀਤੀ ਆ ਅਲੱਗ ਹੋਊਗੀ। ਪਰ ਅੱਜ ਕੱਲ੍ਹ ਜੋ ਭਗਦਾ ਮੁੱਦਾ ਆਮ ਆਦਮੀ ਪਾਰਟੀ, ਜੋ ਵਿਰੋਧੀ ਪਾਰਟੀ ਹੈ ਪੰਜਾਬ ਦੇ ਵਿੱਚ, ਪਰ ਆਮ ਆਦਮੀ ਪਾਰਟੀ ਦੇ ਵਿੱਚ ਕੀ ਹੋ ਰਿਹਾ ਅੱਜ ਕੱਲ੍ਹ? ਸੁਖਪਾਲ ਖਹਿਰਾ ਅਲੱਗ ਹੋ ਰਹੇ ਨੇ ਤੇ ਦੂਸਰੇ ਪਾਰਟੀ ਅਲੱਗ ਹੋ ਰਹੇ, ਤੁਹਾਡਾ ਇਹਨਾਂ ਆਮ ਆਦਮੀ ਪਾਰਟੀ ਬਾਰੇ ਕੀ ਵਿਚਾਰ ਹੈ? ਦੇਖੋ ਜਿਹੜੀ ਦਿੱਲੀ ਆ, ਦਿੱਲੀ ਤਾਂ ਪੰਜਾਬ ਨੂੰ ਰਾਸ ਆਈ ਨਹੀਂ। 84 ਚ ਦੇਖੋ ਕਿੱਡਾ ਮਾੜਾ ਕੰਮ ਹੋਇਆ ਪੰਜਾਬ ਲਈ, ਪੰਜਾਬ ਦੇ ਬਹੁਤ ਅੱਧੋ ਜ਼ਿਆਦਾ ਘਰਾਂ ਦਾ ਉਜਾੜਾ ਹੋ ਗਿਆ। ਕਿਹਨੇ ਕੀਤਾ? ਦਿੱਲੀ ਨੇ ਕੀਤਾ। ਕਿਹਨੇ ਕੀਤਾ? ਗਾਂਧੀ ਪਰਿਵਾਰ ਨੇ ਕੀਤਾ। ਉਹੀ ਦਿੱਲੀ ਹੁਣ ਦੁਬਾਰਾ ਆਪ ਵਾਲੇ ਲੈ ਕੇ ਆ ਗਏ ਇੱਥੇ। ਬਿਲਕੁਲ ਮੰਨਦੇ ਹਾਂ ਕਿ ਦਿੱਲੀ ਤੋਂ ਬੈਠੇ ਬੈਠੇ ਜੋ ਅਰਵਿੰਦ ਕੇਜਰੀਵਾਲ ਨੇ ਜਾਂ ਫਿਰ ਮਤਲਬ ਉਹਨਾਂ ਦੇ ਹੋਰ ਲੀਡਰ ਨੇ, ਉਹ ਕੀ ਹੈ ਇੱਕ ਚਾਬੀ ਦੀ ਤਰ੍ਹਾਂ ਪੰਜਾਬ ਨੂੰ ਚਲਾਉਣਾ ਚਾਹੁੰਦੇ ਆ ਕਿਸੇ ਨਾ ਕਿਸੇ ਹੱਦ ਤੱਕ। ਜੋ ਆਪਾਂ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਕਹਿ ਰਹੇ ਸੀਗੇ ਕਿ ਇਹ ਆਪਾਂ ਨੂੰ ਉੱਥੋਂ ਰਿਮੋਟ ਕੰਟਰੋਲ ਕਰਨਗੇ, ਪਰ ਉਹ ਅੱਜ ਸੱਚ ਸਾਬਤ ਹੋ ਰਿਹਾ ਕਿਉਂਕਿ ਸੁਖਪਾਲ ਖਹਿਰਾ ਨੂੰ ਕੀ ਹੈ ਸਿਰਫ ਟਵੀਟ ਰਾਹੀਂ ਕੱਢ ਦਿੱਤਾ ਜਾਂਦਾ ਹੈਗਾ ਵੀ ਸੁਖਪਾਲ ਖਹਿਰਾ ਤਾਂ ਪੰਜਾਬ ਦੇ ਨਾਲ ਹੈਗੇ ਆ। ਕੀ ਫਿਰ ਤੁਸੀਂ ਸੁਖਪਾਲ ਖਹਿਰਾ ਨਾਲ ਕੀ ਸਹਿਮਤ ਹੋ? ਦੇਖੋ ਇਕੱਲੇ ਸੁਖਪਾਲ ਸਿੰਘ ਖਹਿਰਾ ਨੂੰ ਨਹੀਂ ਕੱਢਿਆ ਗਿਆ, ਸੁੱਚਾ ਸਿੰਘ ਛੋਟੇਪੁਰ ਨੂੰ ਕੱਢਿਆ ਗਿਆ, ਗਾਂਧੀ ਜੀ ਨੂੰ ਕੱਢਿਆ ਗਿਆ, ਜਿਹੜੇ ਤਾਂ ਉਹਨਾਂ ਦੀ ਚਾਬੀ ਤੇ ਚੱਲਦੇ ਆ ਉਹ ਤਾਂ ਉਸ ਪਾਰਟੀ ਦੇ ਵਿੱਚ ਰਹਿਣਗੇ। ਜਿੱਦਾਂ ਕਿ ਸੁਖਪਾਲ ਖਹਿਰਾ ਸੀ, ਸੁਖਪਾਲ ਖਹਿਰਾ ਇਹ ਬਿਆਨ ਦੇ ਰਿਹਾ ਕਿ ਮੈਂ ਪੰਜਾਬ ਦਾ ਭਲਾ ਚਾਹੁੰਦਾ ਜਾਂ ਪੰਜਾਬ ਦੇ ਹੱਕਾਂ ਲਈ ਲੜਦਾ। ਤੋ ਜੇ ਪੰਜਾਬ ਦੇ ਹੱਕਾਂ ਲਈ ਲੜਨਾ ਜਾਂ ਕਿਤੇ ਉਹਨੇ ਜਾ ਕੇ ਇੱਕ ਦੋ ਥਾਵਾਂ ਤੇ ਕੋਈ ਸਪੀਚ ਦਿੱਤੀ ਜਾਂ ਕੋਈ ਆਪਣੀ ਫੇਸਬੁੱਕ ਤੇ ਲਾਈਵ ਹੋਇਆ ਤਾਂ ਉਹਨੂੰ ਪਾਰਟੀ ਚੋਂ ਕੱਢਤਾ। ਇਹ ਤਾਂ ਉਹ ਚਾਹੁੰਦੇ ਆ ਕਿ ਜਿਹੜੀ ਦਿੱਲੀ ਦਾ ਰਾਜ ਆ ਉਹ ਦੁਬਾਰਾ ਪੰਜਾਬ ਤੇ ਆਵੇ। ਦਿੱਲੀ ਵਾਲਿਆਂ ਦੀ, ਟੋਪੀ ਵਾਲਿਆਂ ਦੀ ਇਹੀ ਸੋਚ ਆ। ਉਹ ਜਿਹੜੇ ਦਿੱਲੀ ਵਾਲੇ ਆ ਇਹ ਟੋਪੀਆਂ ਵਾਲੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਆਏ ਆ, ਉਹ ਇੱਕ ਕਾਂਗਰਸ ਦੀ ਸਰਕਾਰ ਨਾਲੋਂ ਵੀ ਮਾੜੇ ਆ। ਹੁਣ ਜਿਵੇਂ ਕੇਜਰੀਵਾਲ ਜੀ ਕਹਿੰਦੇ ਨੇ ਜਾਂ ਉਹਨਾਂ ਦੀ ਸਰਕਾਰ ਵਾਲੇ ਬੰਦੇ ਜੋ ਕਹਿੰਦੇ ਨੇ ਵੀ ਅਸੀਂ ਦਿੱਲੀ ਦੇ ਵਿੱਚ ਲੋਕਾਂ ਨੂੰ ਫ੍ਰੀ ਸਿੱਖਿਆ ਦੇਤੀ, ਐਜੂਕੇਸ਼ਨ ਦੇਤੀ, ਠੀਕ ਆ, ਉਹਨਾਂ ਦਾ ਸੁਧਾਰ ਕਰਤਾ, ਹੋਰ ਅਸੀਂ ਇਹੋ ਜਿਹੇ ਸੁਧਾਰ ਕੀਤੇ ਜਿਹੜੇ ਸਾਰੇ ਦੇਸ਼ ਦੇ ਵਿੱਚ ਹੋਰ ਸਰਕਾਰ ਨਹੀਂ ਕਰ ਪਾਈ, ਤੁਸੀਂ ਇਸ ਨਾਲ ਕਿੰਨਾ ਕੁ ਸਹਿਮਤ ਹੋ? ਇਹ ਗੱਲ ਬਿਲਕੁਲ ਝੂਠ ਆ। ਜੇ ਉਹ ਕਹਿੰਦੇ ਕਿ ਹੋਰ ਸਰਕਾਰ ਨਹੀਂ ਕਰ ਪਾਉਂਦੀ ਤਾਂ ਪੰਜਾਬ ਦੇ ਵਿੱਚ ਇਹੋ ਜਿਹਾ ਕੰਮ ਇੱਕ ਕੰਮ ਗਿਣਾ ਦਿਓ ਕਿ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਾ ਕੀਤਾ ਹੋਵੇ। ਮੇਰੇ ਹਿਸਾਬ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੰਮ ਕਰ ਗਏ ਉਹ ਕਦੇ ਹੋਰ ਸਰਕਾਰ ਕੋਈ ਕਰ ਵੀ ਨਹੀਂ ਸਕਦੀ, ਕਿਉਂਕਿ ਜਦੋਂ ਦੇ ਇਹ ਇਸ ਕੰਮ ਦੇ ਵਿੱਚ, ਜਦੋਂ ਦੇ ਪੰਜਾਬ ਦੀ ਸੇਵਾ ਕਰ ਰਹੇ ਉਦੋਂ ਦਾ ਮੇਰੇ ਹਿਸਾਬ ਦੇ ਵਿੱਚ ਕੋਈ ਕੰਮ ਇਹੋ ਜਿਹਾ ਹੈ ਨਹੀਂ ਜਿਹੜਾ ਨਾ ਕੀਤਾ ਹੋਵੇ। ਹਰ ਸਾਲ ਦੇ ਸਾਲ ਨਵਾਂ ਤੇ ਪੰਜਾਬ ਲਈ ਚੰਗਾ ਕੰਮ ਕਰਦੇ ਆ। ਜਿਵੇਂ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕੀਤੇ, ਹੋਰ ਇਹੋ ਜਿਹੇ ਕੰਮ ਕੀਤੇ ਜਿਹੜੇ ਕੀ ਆ ਮਤਲਬ ਕੇਜਰੀਵਾਲ ਨੇ ਵੀ ਨਹੀਂ ਹਤਾਸ਼ਾਹਿਤ ਕੀਤੇ, ਤੇ ਪਰ ਬਾਦਲ ਸਾਹਿਬ ਫਿਰ ਵੀ ਕਿਉਂ ਨਹੀਂ ਜਿੱਤੇ? ਕੀ ਕਾਰਨ ਆ ਵੀ ਇਹਨਾਂ ਲੋਕਾਂ ਦੇ ਕੰਮ ਕਰਨ ਦੇ ਬਾਵਜੂਦ ਵੀ ਉਹ ਅੱਜ 14 ਸੀਟਾਂ ਤੇ ਖੜ ਗਏ, ਜਾਂ ਮੰਨ ਲਓ ਇਹਨਾਂ ਗ੍ਰਾਫ ਥੱਲੇ ਡਿੱਗ ਪਿਆ, ਕੀ ਕਾਰਨ ਆ ਇਹ? ਦੇਖੋ ਜਿਹੜੀ ਆ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਆਈ ਆ ਆਮ ਆਦਮੀ ਪਾਰਟੀ, ਜਿਹੜੀ ਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਉਹ ਲੋਕਾਂ ਨੂੰ ਇੱਕ ਹਊਆ ਸੀ ਉਹਨਾਂ ਲਈ।
ਉਹ ਇੱਕ ਲੋਕਾਂ ਨੂੰ ਇੰਨਾ ਕੁ ਉਹਨਾਂ ਨੇ ਗਮਰਾਹ ਕਰਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਪੰਜਾਬ ਲਈ ਪਤਾ ਨਹੀਂ ਕੀ ਕਰ ਦੂਗੀ। ਲੋਕਾਂ ਦੇ ਅੰਦਰ ਸੋਚ ਹੀ ਇਹੋ ਜਿਹੀ ਬਿਠਾ ਦਿੱਤੀ ਕਿ ਜਿਹਦਾ ਨਾਮ ਹੀ ਆਮ ਆਦਮੀ ਪਾਰਟੀ ਹੈ ਉਹ ਪੰਜਾਬ ਲਈ ਪਤਾ ਨਹੀਂ ਕੀ ਕੀ ਵੱਡੀਆਂ ਵੱਡੀਆਂ ਉਪਲਬਧੀਆਂ ਲੈ ਕੇ ਆਊਗੀ। ਪਰ ਜਿਹੜੇ ਲੋਕ ਪੰਜਾਬ ਦੇ ਆਮ ਆਦਮੀ ਪਾਰਟੀ 'ਚ ਰਲ ਗਏ ਉਹ ਇੱਕ ਬਹੁਤ ਵੱਡੀ ਗਲਤੀ ਕਰ ਗਏ, ਉਹ ਇੱਕ ਗਲਤ ਗੱਡੀ ਚੜ੍ਹ ਗਏ ਜਿਹਦੇ ਵਿੱਚ ਉਹਨਾਂ ਨੂੰ ਉਤਰਨਾ ਜ਼ਰੂਰੀ ਆ, ਕਿਉਂਕਿ ਕੁਛ ਲੀਡਰ ਹੈ ਜਿਹੜੇ ਉਹ ਤਾਂ ਉਤਰ ਗਏ, ਕਈਆਂ ਨੂੰ ਧੱਕੇ ਮਾਰ ਕੇ ਗੱਡੀ 'ਚੋਂ ਲਾਹਤਾ, ਜਿੱਦਾਂ ਕਿ ਸੁਖਪਾਲ ਖਹਿਰਾ, ਗੁਰਪ੍ਰੀਤ ਘੁੱਗੀ। ਸਰ ਮੈਂ ਤੁਹਾਨੂੰ ਇੱਕ ਕਹਿਣਾ ਚਾਹੂੰਗਾ ਕਿ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਵੀ ਲੋਕ ਕੀ ਆ ਬਾਦਲ ਸਾਹਿਬ ਨੇ ਕੰਮ ਕੀਤੇ ਸੀਗੇ ਲੋਕਾਂ ਨੇ ਕੀ ਆਮ ਆਦਮੀ ਪਾਰਟੀ ਨੂੰ, ਪਰ ਆਮ ਆਦਮੀ ਪਾਰਟੀ ਤਾਂ ਜਿੱਤੀ ਨਹੀਂ, ਜਿੱਤੀ ਤਾਂ ਕਾਂਗਰਸ ਹੈ। ਅਤੇ ਫਿਰ ਆਮ ਆਦਮੀ ਪਾਰਟੀ ਨੂੰ ਆਪਾਂ ਪੂਰੀ ਤਰ੍ਹਾਂ ਬਲੇਮ ਨਹੀਂ ਕਰ ਸਕਦੇ ਕਿਉਂਕਿ ਕਾਂਗਰਸ ਨੇ 77 ਸੀਟਾਂ ਜੋ ਜਿੱਤੀਆਂ ਹੈਗੀਆਂ, ਫਿਰ ਇਹ ਤਾਂ ਲੋਕਾਂ ਨੇ ਕਾਂਗਰਸ ਦੇ ਹੱਕ 'ਚ ਪਾਈਆਂ ਵੋਟਾਂ। ਬਿਲਕੁਲ ਕਾਂਗਰਸ ਦੇ ਹੱਕ 'ਚ ਪਾਈਆਂ। ਦੇਖੋ ਸਰਕਾਰਾਂ ਦਾ ਕੀ ਹੁੰਦਾ ਕਿ ਇਹ ਜਿਹੜੀ ਚਾਹੁੰਦੇ ਸੀ ਲੋਕ ਕਿ ਕੈਪਟਨ ਸਾਹਿਬ ਆਉਣਗੇ, ਲੋਕਾਂ ਦੀ ਇਹ ਸੋਚ ਸੀ, ਇੱਕ ਦਿਲੋਂ ਸੋਚ ਸੀ ਲੋਕਾਂ ਦੀ ਕਿ ਕੈਪਟਨ ਸਾਹਿਬ ਆਉਣਗੇ ਕਿ ਪੰਜਾਬ ਲਈ ਕੁਛ ਨਵਾਂ ਲੈ ਕੇ ਆਉਣਗੇ, ਜਾਂ ਜਿਵੇਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਕਿਸਾਨਾਂ ਦੇ ਕਰਜ਼ੇ ਆ ਉਹ ਮਾਫ਼ ਕਰ ਦਿਆਂਗੇ, ਜਾਂ ਜਿੰਨੀਆਂ ਕਿਸਾਨਾਂ ਦੀਆਂ ਲਿਮਟਾਂ ਉਹ ਰਫ਼ਾ ਦਫ਼ਾ ਕਰ ਦਿਆਂਗੇ, ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ, ਹੋਰ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ। ਲੋਕਾਂ ਨੇ ਕੁਛ ਸੋਚਿਆ ਕਿ ਇਹਨਾਂ ਨੂੰ ਟਾਈਮ ਦੇ ਕੇ ਦੇਖ ਲਈਏ ਕਿ ਤਾਂ ਕਿਸਾਨੀ ਨੂੰ ਚੰਗਾ ਭਰਮਾ ਹੰਗਾਰਾ ਮਿਲ ਜੇ, ਪਰ ਕਿਸਾਨੀ ਤਾਂ ਮੇਰੇ ਹਿਸਾਬ ਦੇ ਵਿੱਚ ਉਦੋਂ ਜ਼ਿਆਦਾ ਲੋਕ ਜਿਹੜੇ ਕਿਸਾਨ ਆ ਉਹ ਫਾਹਾ ਲੈ ਕੇ ਮਰ ਰਹੇ ਆ। ਤੁਹਾਡੀਆਂ ਗੱਲਾਂ ਨਾਲ ਮੈਂ ਬਿਲਕੁਲ ਸਹਿਮਤ ਹਾਂ, ਪਰ ਹੁਣ ਆਪਾਂ ਮੁਕਦੀ ਗੱਲ ਕਰ ਦਈਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਕੀ ਆਪਣੇ ਕੀ ਉਹਨਾਂ ਕੋਲ ਪ੍ਰੋਟੋਕੋਲ ਆ, ਕੀ ਉਹਨਾਂ ਦੀ ਸੋਚ ਆ ਵੀ ਉਹ ਪਾਰਟੀ ਕਿਵੇਂ ਅੱਗੇ ਆਊਗੀ ਕਿ ਕਾਂਗਰਸ ਨੂੰ ਕੱਟੇ ਜਾਣ, ਕਿਉਂਕਿ 2019 ਦੇ ਇਲੈਕਸ਼ਨ ਆ ਰਹੇ ਆ, ਵੀ ਤੁਹਾਡੀ ਉਮੀਦ ਨਾਲ ਵੀ ਕਾਂਗਰਸ ਨੂੰ ਪਿੱਛੇ ਕਰੂਗੀ ਅਕਾਲੀ ਦਲ ਜਾਂ ਆਪ ਵਾਲੇ ਨੂੰ, ਕਿ ਕਿਵੇਂ ਕੀ ਉਹਨਾਂ ਦੀ ਸਟ੍ਰੈਟਜੀ ਸਰ? ਦੇਖੋ ਜਿਹੜੀ ਬਰਾੜ ਸਾਹਿਬ ਅੱਜ ਦੀ ਗੱਲ ਆ, ਜੇ ਅੱਜ ਦੇ ਟਾਈਮ 'ਚ ਵੀ ਇਲੈਕਸ਼ਨ ਹੁੰਦਾ ਤਾਂ ਅੱਜ ਵੀ ਅਕਾਲੀ ਦਲ ਦਾ ਜਿੱਤਣਾ 100% ਸ਼ਿਓਰ ਹੈ। ਉਹਦੇ ਵਿੱਚ ਕੀ ਕਾਰਨ ਆ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਨਾਂ 'ਤੇ ਖਰੇ ਨਹੀਂ ਉਤਰੇ, ਇੱਕ ਵੀ ਵਾਅਦੇ 'ਤੇ ਖਰੇ ਨਹੀਂ ਉਤਰੇ, ਅਤੇ ਜੋ ਬਾਦਲ ਸਾਹਿਬ ਵਾਅਦੇ ਕਰਦੇ ਉਦੋਂ ਵੱਧ ਕੇ ਕੰਮ ਕਰਦੇ ਆ ਲੋਕਾਂ ਲਈ, ਪੰਜਾਬ ਦੇ ਲੋਕਾਂ ਲਈ। ਪੰਜਾਬ ਦੇ ਲੋਕਾਂ ਨੂੰ ਤਾਂ ਬਾਦਲ ਸਾਹਿਬ ਨੂੰ ਪੂਜਣਾ ਚਾਹੀਦਾ ਕਿ ਜੋ ਬਾਦਲ ਸਾਹਿਬ ਨੇ ਕਿਸਾਨਾਂ ਲਈ ਜਾਂ ਗਰੀਬਾਂ ਲਈ ਕੀਤਾ ਉਹ ਮੇਰੇ ਹਿਸਾਬ ਦੇ ਨਾਲ ਕੋਈ ਹੋਰ ਪੰਜਾਬ ਦਾ ਲੀਡਰ ਜ਼ਿੰਦਗੀ 'ਚ ਨਹੀਂ ਕਰ ਸਕਦੇ। ਇਹਨਾਂ ਨੇ ਸਾਰਾ ਜੀਵਨ ਹੀ ਆਪਦਾ ਲੋਕਾਂ ਦੀ ਸੇਵਾ, ਪੰਜਾਬ ਦੀ ਸੇਵਾ 'ਤੇ ਲਾਤਾ। ਹੁਣ ਜੋ ਸਰਕਾਰ ਜੇ ਤੁਹਾਡੀ ਬਣ ਜਾਂਦੀ ਹੈ ਆਉਣ ਵਾਲੇ ਮਤਲਬ ਅਗਲੇ 5 ਸਾਲ 'ਤੇ, ਉਹਦੇ ਵਿੱਚ ਕੀ ਸੁਧਾਰ ਕੀਤੇ ਜਾ ਸਕਦੇ ਜਾਂ ਕੀ ਏਜੰਡੇ ਹੋ ਸਕਦੇ ਆ ਲੋਕਾਂ ਵਾਸਤੇ? ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿੱਦਾਂ ਕੈਪਟਨ ਸਾਹਿਬ ਆ ਮੇਰੇ ਹਿਸਾਬ ਦੇ ਵਿੱਚ ਇਲੈਕਸ਼ਨ ਤੋਂ ਇਲੈਕਸ਼ਨ ਦੇ ਟਾਈਮ ਜਦੋਂ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਬਾਦਲ ਸਾਹਿਬ ਦਾ ਜਿਹੜਾ ਚੇਤਾ ਹੈ ਏਰੀਆ ਲੰਬੀ, ਉਹਦੇ ਵਿੱਚ ਉਹ ਇੱਕ ਵਾਰੀ ਉੱਥੋਂ ਇਲੈਕਸ਼ਨ ਲੜੇ ਆ ਕੈਪਟਨ ਸਾਹਿਬ, ਅਤੇ ਉਹ ਲੰਬੀ ਦੇ ਵਿੱਚ ਉਹਨਾਂ ਨੇ ਹਾਲੇ ਤੱਕ 2 ਸਾਲ ਹੋ ਗਏ ਉਦੋਂ ਇੱਕ ਗੇੜਾ ਮਾਰਿਆ ਸੀ, ਉਦੋਂ ਬਾਅਦ ਉਹ ਲੰਬੀ ਦੇ ਵਿੱਚ ਵੀ ਨਹੀਂ ਬੋੜੇ ਕਿ ਮੈਨੂੰ ਤੁਸੀਂ ਜਿੰਨੀਆਂ ਵੋਟਾਂ ਪਾਤੀਆਂ ਉਹਨਾਂ ਦਾ ਹੀ ਧੰਨਵਾਦ ਕਰਨ ਆਉਂਦੇ ਇੱਥੇ। ਉਹਨਾਂ ਨੇ ਹੋਰ ਗਰੀਬ ਦੇ ਜਾਂ ਕਿਸੇ ਭੋਗਤ ਦਾ ਜਾਣੇ ਕੀ ਹੈ, ਉਹ ਤਾਂ ਬਹੁਤ ਵੱਡੀ ਗੱਲ ਹੈ, ਗਰੀਬਾਂ ਦੇ ਜਾਂ ਕਿਸੇ ਦੀ ਮੌਤ ਹੁੰਦੀ ਹੈ। ਬਾਦਲ ਸਾਹਿਬ ਅੱਜ ਵੀ ਜੇ ਕਿਸੇ ਪਿੰਡ ਦੇ ਵਿੱਚ ਮੌਤ ਹੁੰਦੀ ਤਾਂ ਬਾਦਲ ਸਾਹਿਬ ਖੁਦ ਉੱਥੇ ਆਪਣਾ ਸਮਾਂ ਕੱਢ ਕੇ ਉੱਥੇ ਅੱਜ ਵੀ ਪਹੁੰਚਦੇ ਆ। ਹੁਣ ਜਾਂਦੇ ਹੋਏ ਐਪੀਸੋਡ ਦੇ ਵਿੱਚ ਤੁਹਾਡੇ ਬਾਰੇ ਗੱਲ ਕਰਾਂਗੇ ਕਿ ਤੁਹਾਨੂੰ ਦੇਖਿਆ ਕਿ ਤੁਸੀਂ ਕਾਫੀ ਸਮਾਜਿਕ ਸੁਧਾਰ ਵੀ ਕਰਦੇ ਰਹਿੰਦੇ ਹੋ ਜਾਂ ਲੋਕਾਂ ਦੇ ਮਸਲੇ ਵੀ ਹੱਲ ਕਰਦੇ ਰਹਿੰਦੇ ਹੋ, ਠੀਕ ਹੈ, ਤੁਸੀਂ ਅੱਜ ਪ੍ਰਧਾਨ ਹੋ, ਠੀਕ ਹੈ, ਅਤੇ
ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਕੀ ਸੋਚ ਹੋਊਗੀ ਜਾਂ ਅੱਗੇ ਪੋਲੀਟੀਕਲ ਕੈਰੀਅਰ ਬਣਾਉਣਾ ਤਾਂ ਕਿਵੇਂ ਕੀ ਕੁਛ ਕਰਨਾ, ਤੁਹਾਡੀ ਕੀ ਸੋਚ ਹੈ, ਤੁਹਾਡਾ ਕੈਰੀਅਰ ਕਿਵੇਂ ਸੋਚ ਰਹੇ ਹੋ ਆਪਣੇ ਆਪ ਨੂੰ? ਦੇਖੋ ਮੈਂ ਕੋਈ ਇਹਦੇ ਬਾਰੇ ਕੋਈ ਮੇਰੀ ਲੰਬੀ ਸੋਚ ਨਹੀਂ ਹੈ, ਮੈਂ ਤਾਂ ਬਸ ਇੱਕੋ ਹੀ ਸੋਚ ਹੈ ਮੇਰੀ ਕਿ ਮੈਂ ਜਿਹੜਾ ਸੇਵਾ ਕਰਨੀ ਹੈ, ਜਿਹੜੀ ਮੈਂ ਮੁੱਢ ਤੋਂ ਕਰਦਾ ਆ ਰਿਹਾ, ਪਿੰਡ ਦੇ ਲੋਕਾਂ ਦੀ ਕਰਦਾ ਆ ਰਿਹਾ, ਆਪਦੇ ਇਲਾਕੇ ਦੇ ਲੋਕਾਂ ਦੀ ਕਰਦਾ ਆ ਰਿਹਾ, ਪਾਰਟੀ ਦੀ ਸੇਵਾ ਕਰਦਾ ਆ ਰਿਹਾ, ਮੈਂ ਪਾਰਟੀ ਦਾ ਇੱਕ ਸੇਵਾਦਾਰ ਹਾਂ, ਮੈਂ ਕੋਈ ਲੀਡਰ ਨਹੀਂ ਹਾਂ, ਮੈਂ ਆਪਣੇ ਆਪ ਨੂੰ ਇੱਕ ਪਾਰਟੀ ਦਾ ਸੇਵਾਦਾਰ ਸਮਝਦਾ ਜਿਹੜੀ ਮੈਂ ਆਪਦੇ ਇਲਾਕੇ 'ਚ ਕੀਤੀ ਹੈ। ਜੇ ਮੈਨੂੰ ਕੋਈ ਬਾਦਲ ਸਾਹਿਬ ਕੋਈ ਹੋਰ ਇਲਾਕੇ 'ਚ ਦੇਣਗੇ ਸੇਵਾ ਕਰਨ ਦਾ ਮੌਕਾ ਤਾਂ ਮੈਂ ਸੇਵਾ ਹੀ ਕਰਨੀ ਆ। ਮੇਰੇ ਲਈ ਇਹ ਇੱਕ ਬਹੁਤ ਵੱਡੀ ਸੇਵਾ ਜਿਹੜੀ ਮੈਂ ਆਪਦੀ ਪਾਰਟੀ ਲਈ ਨਿਭਾ ਰਿਹਾ। ਇਹ ਸਨ ਮੰਨੂ ਸੇਖੋਂ ਜੀ, ਪ੍ਰਧਾਨ ਮੰਨੂ ਸੇਖੋਂ ਜੀ, ਜੋ ਕਿ ਅਕਾਲੀ ਦਲ ਦੇ ਵਿੱਚ ਕਾਫੀ ਅੱਛੀਆਂ ਸੇਵਾਵਾਂ ਨਿਭਾ ਰਹੇ ਨੇ ਪਿੰਡ ਆਲਵਾਲਾ ਤੋਂ। ਅੱਜ ਅਸੀਂ ਡਿਸਕਸ ਕੀਤਾ ਅਕਾਲੀ ਦਲ ਬਾਰੇ, ਅੱਜ ਅਸੀਂ ਡਿਸਕਸ ਕੀਤਾ ਨਸ਼ੇ ਬਾਰੇ, ਅੱਜ ਅਸੀਂ ਡਿਸਕਸ ਕੀਤਾ ਆਮ ਆਦਮੀ ਪਾਰਟੀ ਬਾਰੇ, ਕੈਪਟਨ ਬਾਰੇ, ਉਹਨਾਂ ਦੀਆਂ ਨੀਤੀਆਂ ਬਾਰੇ। ਅਗਲੀ ਵਾਰੀ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ, ਇਸੇ ਤਰ੍ਹਾਂ ਹੋਰ ਕਿਸੇ ਵੱਡੀ ਸ਼ਖਸੀਅਤ ਦੇ ਨਾਲ ਮਿਲਾਵਾਂਗੇ, ਤੁਹਾਨੂੰ ਉਹਨਾਂ ਦੇ ਵਿਚਾਰ ਤੁਹਾਡੇ ਸਾਹਮਣੇ ਰਖਾਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਪ੍ਰੋਗਰਾਮ ਦੇ ਵਿੱਚ, ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਵਿਚਾਰ ਰੱਖੇ। ਸਤਿ ਸ਼੍ਰੀ ਅਕਾਲ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ।